ਜਲੰਧਰ ਨੇੜਲੇ ਸੋਹਲ ਜਗੀਰ ਪਿੰਡ ਦੀ ਇਹ ਔਰਤ ਜਗਤਾਰ ਸਿੰਘ ਦੀ ਸੱਸ ਹੈ। ਜਗਤਾਰ ਉਹੀ ਸ਼ਖਸ ਹੈ ਜਿਸ ਨੂੰ ਪੰਜਾਬ ਪੁਲਿਸ ਨੇ ਸੂਬੇ 'ਚ ਹੋਏ ਹਿੰਦੂ ਆਗੂਆਂ ਦੇ ਕਤਲ ਕੇਸ 'ਚ ਬੀਤੀ 4 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਜਗਤਾਰ ਤੇ ਇਲਜ਼ਾਮ ਨੇ ਕਿ ਇਨ੍ਹਾਂ ਕਤਲਾਂ ਦੇ ਲਈ ਜਗਤਾਰ ਨੇ ਹੀ 4000 ਪਾਉਂਡ ਮੁਹੱਈਆ ਕਰਵਾਏ ਸਨ। ਜਗਤਾਰ ਇੰਗਲੈਂਡ ਤੋਂ ਆਪਣੇ ਪਿੰਡ ਜੰਡਿਆਲਾ ਆਇਆ ਸੀ, ਜਿਸ ਤੋਂ ਬਾਅਦ ਉਸਨੇ ਇਸ ਪਿੰਡ ਦੀ ਗੁਰਪ੍ਰੀਤ ਕੌਰ ਦੇ ਨਾਲ ਵਿਆਹ ਰਚਾਇਆ। ਡੇਲੀ ਪੋਸਟ ਪੰਜਾਬੀ ਦੇ ਪੱਤਰਕਾਰ ਸੁਨੀਲ ਰੁਦਰਨ ਨੇ ਜਦ ਜਗਤਾਰ ਬਾਰੇ ਕੁਝ ਜਾਣਕਾਰੀ ਇਕੱਠੀ ਕਰਨੀ ਚਾਹੀ ਤਾਂ ਸੌਰਾ ਪਰਿਵਾਰ ਜਗਤਾਰ ਦੇ ਕਾਰਨਾਮਿਆਂ ਤੋਂ ਅਪਿੱਛ ਨਜ਼ਰ ਨਹੀਂ ਆਇਆ। ਸਾਨੂੰ ਜੇ ਨਜ਼ਰ ਆਉਂਦੀ ਤਾਂ ਅਸੀਂ ਆਪਣੀ ਕੁੜੀ ਕਿਉਂ ਵਿਆਹਦੇ, ਅਸੀਂ ਕਿਉਂ ਮੁਸੀਬਤ 'ਚ ਫਸਣਾ ਸੀ ਜੇ ਸਾਨੂੰ ਕੋਈ ਨਜ਼ਰ ਆਉਂਦੀ ਤੇ ਅਸੀਂ ਕਿਹੜਾ ਆਪਣਾ ਧੀ ਪੁੱਤ ਉਹਦੇ ਨਾਲ ਵਿਆਹੁੰਦਾ, ਤੇ ਇੰਨੇ ਦਿਨ ਮੇਰੀ ਕੁੜੀ ਵੀ ਰਹੀ ਆ ਨਾਲ ਤੇ ਉਹਨੂੰ ਤਾਂ ਵੀ ਨਹੀਂ, ਉਹਨਾਂ ਨੂੰ ਕਿਸੇ ਪਰਿਵਾਰ ਦੀ ਕੋਈ ਨਜ਼ਰ ਨਹੀਂ। ਪਰਿਵਾਰ ਸਾਨੂੰ ਬਹੁਤ ਚੰਗਾ ਲੱਗਾ ਸੀ ਸਾਰਿਆਂ ਨੂੰ, ਅਸੀਂ ਤਾਂ ਹੀ ਕੀਤਾ ਸੀਗਾ ਰਿਸ਼ਤਾ, ਕਿਉਂਕਿ ਕੁੜੀ ਨੇ ਵੀ ਕਦੀ ਨਹੀਂ ਸੀ ਕਿ ਨਾਲ ਰਹਿੰਦਾ ਸੀ ਕੁੜੀ ਦਾ ਹਰ ਟਾਈਮ, ਜੇ ਤੱਕ ਘਰੋਂ ਬਾਹਰ ਜਾਵੇ ਫੇਰ ਹੀ ਤਾਂ ਕੋਈ ਹੁੰਦੀ ਹੈ ਧੋਖੇਬਾਜ਼ੀ ਵਾਲੀ ਗੱਲ, ਤੇ ਇੱਦਾਂ ਦੀ ਤਾਂ ਕੋਈ ਗੱਲ ਹੀ ਹੈ ਨਾ ਸੀਗੀ। ਹੋਰ ਤਾਂ ਹੋਰ ਆਂਢ ਗੁਆਂਢ ਵੀ ਸਿਰਫ ਕੁੜੀ ਵਾਲਿਆਂ ਨੂੰ ਹੀ ਜਾਣਦੇ ਨੇ, ਜਦਕਿ ਉਹਨਾਂ ਨੂੰ ਜਗਤਾਰ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਵੀ ਪਰਿਵਾਰ ਬਾਰੇ ਤਾਂ ਅਸੀਂ ਇੰਨੇ ਚਿਰ ਤੋਂ 30 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ, ਅਸੀਂ ਲਾਂਭੋ ਆ ਕੇ ਜਿੱਦਾਂ ਬੈਠੇ ਹਾਂ ਇੱਥੇ, ਇਹਨਾਂ ਦੇ ਵਿੱਚ ਤਾਂ 1% ਵੀ ਅਸੀਂ ਨਹੀਂ ਕਹਿ ਸਕਦੇ ਵੀ ਕੋਈ ਇੱਦਾਂ ਦੀ ਗੱਲ ਆ। ਹੁਣ ਇੰਨੇ ਚਿਰ 'ਚ ਵਿਆਹ ਤੋਂ ਬਾਅਦ ਥੋੜ੍ਹਾ ਕੋਈ ਬੰਦਾ ਕਿਸੇ ਨੂੰ ਪਾ ਲੈਂਦਾ ਵਾ ਕੀ ਗੱਲ ਆ। ਪਹਿਲੀ ਗੱਲ ਤਾਂ ਅਸੀਂ ਮੁੰਡੇ ਬਾਰੇ ਇਹ ਨਹੀਂ ਕਹਿ ਸਕਦੇ ਕਿ 100% ਸ਼ੋਰ ਨਿਰਦੋਸ਼ ਆ, ਇਹ ਤਾਂ ਹੁਣ ਜਦੋਂ ਇੰਨੀਆਂ ਏਜੰਸੀਆਂ ਲੱਗੀਆਂ, ਲਾ ਲਓ ਪੁਲਿਸ ਲੱਗੀ, ਉਹਨਾਂ ਨੇ ਸਾਰਾ ਪਤਾ ਲਾ ਹੀ ਲੈਣਾ ਵੀ ਕੌਣ ਗਲਤ ਆ ਕੌਣ ਨਹੀਂ ਗਾ। ਪਰ ਇਹਨਾਂ ਦਾ ਸਾਨੂੰ ਪਤਾ ਇਹਨਾਂ ਨਾਲ ਨਜਾਇਜ਼ ਹੋ ਜਾਂਦੀ ਹੈ ਵਿਚਾਰਿਆਂ ਨਾਲ ਵੀ ਕੀ ਗੱਲ ਆ। ਹੁਣ ਲਾ ਲਓ ਇੱਥੋਂ ਸਾਡੇ ਕੋਲ ਪਾਸਪੋਰਟ ਮੰਗਣ ਜਾਂ ਕੁੜੀ ਬਾਰੇ ਕੋਈ ਪੁੱਛਦੇ ਆ, ਇਹ ਕਿਤੇ ਸਾਨੂੰ ਪਤਾ ਨਹੀਂ ਹੈ ਨਾ। ਹੁਣ ਜੇ ਨਹੀਂ ਪਤਾ ਤਾਂ ਉਹ ਕਿੱਥੋਂ ਪਤਾ ਲਾਉਣ, ਇਹ ਵੀ ਗੱਲ ਆ। ਬਾਕੀ ਹੁਣ ਤੁਹਾਨੂੰ ਪਤਾ ਹੀ ਆ ਵੀ ਜ਼ਿਆਦਾਤਰ ਤਾਂ ਘਰਦਿਆਂ ਨੂੰ ਪਤਾ ਹੁੰਦਾ, ਦੂਜੇ ਬੰਦੇ ਨੂੰ ਤਾਂ ਨਹੀਂ ਕੋਈ ਪਤਾ। ਬਸ ਇਹਨਾਂ ਬਾਰੇ ਤਾਂ ਇੰਨਾ ਪਤਾ ਜੀ ਇਹਦਾ ਤਾਂ ਕੰਮ ਨਾ ਮਤਲਬ ਰੱਖਦੇ ਆ, ਇਹਨਾਂ ਦਾ ਬੇਟਾ ਵੀ ਲਾ ਲਓ ਆਪ ਵੀ ਲਾ ਲਓ, ਸਾਰੀ ਦਿਹਾੜੀ ਵਿਆਹ ਸੀਗਾ, ਸਾਨੂੰ ਕੋਈ ਇੱਦਾਂ ਦੀ ਗੱਲ ਨਹੀਂ ਲੱਗੀ, ਬਾਕੀ ਰੱਬ ਜਾਣਦਾ ਵੀ ਹੁਣ ਕੀ। ਪਰਿਵਾਰ ਵਾਲੇ ਜਗਤਾਰ ਨੂੰ ਅਜੇ ਵੀ ਨਿਰਦੋਸ਼ ਦੱਸ ਰਹੇ ਨੇ ਅਤੇ ਪੁਲਿਸ ਵਾਲੇ ਪਤਾ ਕਰਨ 'ਚ ਜੁਟੇ ਨੇ ਕਿ ਰੱਜਿਆ ਪੁੱਜਿਆ ਇਹ ਨੌਜਵਾਨ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਵਿੱਚ ਕਿਉਂ ਯੋਗਦਾਨ ਦੇ ਰਿਹਾ ਸੀ। ਜਲੰਧਰ ਤੋਂ ਡੇਲੀ ਪੋਸਟ ਪੰਜਾਬੀ ਲਈ ਸੁਨੀਲ ਰੁਦਰਾ ਦੀ ਰਿਪੋਰਟ।